ਪੰਜਾਬ ਵਿਚ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਵੱਲੋਂ ਬਰਨਾਲਾ ਵਿਚ ਕੀਤੀ ਗਈ ਰੈਲੀ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ। ਮੰਤਰੀ ਨੇ ਕਿਹਾ ਕਿ ਹੁਣ ਕੇਜਰੀਵਾਲ ਦੇ ਕੁਝ ਪੱਲੇ ਨਹੀਂ ਰਿਹਾ ਤੇ ਜੇ ਪੰਜਾਬ ਆਉਂਦਾ ਹੈ ਤਾਂ ਪੰਜਾਬ ਦੀਆਂ ਗੱਲਾਂ ਕਰਦਾ ਏ, ਜੇ ਹਰਿਆਣਾ ਜਾਂਦਾ ਏ ਤਾਂ ਹਰਿਆਣੇ ਦੀਆਂ ਗੱਲਾਂ ਕਰਦਾ ਏ। ਇਨ੍ਹਾਂ ਰੈਲੀਆਂ ਨੂੰ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਨੇ। ਹੁਣ ਪੰਜਾਬ ਦੇ ਲੋਕ ਆਪ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਇਹ ਪਾਰਟੀ ਹੁਣ ਖੇਰੂ ਖੇਰੂ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਤੇਰੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨੇ ਨਾਭਾ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਕੀਤਾ। ਬਰਨਾਲਾ ਤੋਂ ਆਮ ਪਾਰਟੀ ਸ਼ੁਰੂ ਕੀਤਾ, ਕੇਜਰੀਵਾਲ ਪਹੁੰਚੇ ਨੇ, ਰੈਲੀ ਵੱਡੀ ਕੀਤੀ, ਕੀ ਕਹਿੰਦੇ ਨੇ ਕੇਜਰੀਵਾਲ ਸਾਹਿਬ? ਉਹ ਜਾਣਦੇ ਨੇ ਲੋਕ, ਨਾ ਉਹ ਹਰਿਆਣੇ ਦੇ ਨੇ ਨਾ ਉਹ ਪੰਜਾਬ ਦੇ ਨੇ। ਜਾਂ ਉਹ ਹਰਿਆਣੇ ਜਾਂਦੇ ਨੇ ਤਾਂ ਹਰਿਆਣੇ ਦੀ ਗੱਲ ਕਰਦੇ ਨੇ। ਤੁਸੀਂ ਦੇਖਿਆ ਹੋਣਾ ਪਿੱਛੇ ਜਦੋਂ ਚੋਣਾਂ ਤੋਂ ਪਹਿਲਾਂ 2017 ਦੀਆਂ ਚੋਣਾਂ ਤੋਂ ਬਾਅਦ ਕੇਜਰੀਵਾਲ ਆਏ, ਜਦੋਂ ਪਾਣੀ ਦਾ ਮਸਲਾ ਬੜਾ ਭਖਿਆ ਸੀ, ਔਰ ਜਦੋਂ ਪੰਜਾਬ 'ਚ ਆਏ ਉਹਨੇ ਪਤਾ ਕੀ ਕਿਹਾ ਸੀ? ਏਕ ਵੀ ਬੂੰਦ ਪਾਣੀ ਕੀ ਮੈਂ ਹਰਿਆਣੇ ਕੋ ਨਹੀਂ ਦੂੰਗਾ, ਇਹ ਬੂੰਦ ਬੂੰਦ ਪਾਣੀ ਪੰਜਾਬ ਕਾ ਹੈ। ਔਰ ਬੜੀ ਹੈਰਾਨੀ ਦੀ ਗੱਲ ਹੋਈ, ਹਰਿਆਣੇ ਪਹੁੰਚਦੇ ਸਾਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਆਪ ਤੋਂ ਹਰਿਆਣੇ ਕੇ ਹੈ, ਆਪ ਹਰਿਆਣੇ ਕਾ ਪਾਣੀ ਬੰਦ ਕਰ ਰਹੇ ਹੈ ਪੰਜਾਬ ਮੇ ਜਾ ਕੇ, ਹਿਸਾਰ ਦੇ ਨੇ ਇਹ, ਉੱਥੇ ਪਤਾ ਕੀ ਕਿਹਾ, ਇਹ ਪਾਣੀ ਕੀ ਬਾਤ ਕਰਤੇ ਹੋ ਆਪ, ਪਾਣੀ ਇਹ ਪੰਜਾਬ ਕਾ ਵੀ ਹੈ, ਹਰਿਆਣਾ ਕਾ ਵੀ ਹੈ, ਦਿੱਲੀ ਕਾ ਵੀ ਹੈ, ਸਭੀ ਕਾ ਪਾਣੀ। ਸੋ ਮੇਰੇ ਕਹਿਣ ਦਾ ਭਾਵ, ਐਸੇ ਬੰਦੇ 'ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਪਾਰਟੀ ਦੀ ਹਮੇਸ਼ਾ ਤਿਆਰੀ ਰਹਿੰਦੀ ਹੈ, ਸੋ ਮੇਰੇ ਕਹਿਣ ਦਾ ਭਾਵ ਪਾਰਟੀਆਂ ਹਮੇਸ਼ਾ ਤਿਆਰ ਰਹਿੰਦੀਆਂ, ਜਦੋਂ ਮਰਜ਼ੀ ਇਲੈਕਸ਼ਨ ਹੋਵੇ, ਭਾਵੇਂ ਪਰਸੋਂ ਨੂੰ ਵੋਟਾਂ ਪਾਉਣ ਤਿਆਰ ਹਾਂ ਅਸੀਂ। ਪਾਰਟੀ ਨਾਲ ਕੋਈ ਗਠਬੰਧਨ ਕੀਤਾ ਜਾਵੇ? ਇਹ ਰਾਹੁਲ ਗਾਂਧੀ ਜਾਣਦੇ ਨੇ। ਮੰਤਰੀ ਸਾਹਿਬ ਦਾ ਇੱਥੇ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ, ਅਤੇ ਬਹੁਤ ਹੀ ਮੰਤਰੀ ਸਾਹਿਬ ਨੇ ਆਪਣੇ ਰੁਝੇਵੇਂ 'ਚੋਂ ਟਾਈਮ ਕੱਢ ਕੇ ਮੋਰਨਿੰਗ ਕਲੱਬ ਦੇ ਲਈ ਇੱਥੇ ਆਏ ਨੇ, ਅਤੇ ਟੂਰਨਾਮੈਂਟ ਦੇ ਵਿੱਚ ਖਿਡਾਰੀਆਂ ਨੂੰ ਹੌਸਲਾ ਵਧਾਈ ਦੇਣ ਲਈ ਆਏ ਨੇ। ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ।